ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਅਸੀਂ ਤੁਹਾਡੇ ਆਪਦੇ YouTube ਚੈਨਲ ਦੇ ਵਿੱਚ ਟਰੈਕਟਰ ਵਯਾਰ 2 ਤੇ ਜਿਹੜੇ ਵੀਰ ਨਵੇਂ ਆਏ ਨੇ ਸਭ ਤੋਂ ਪਹਿਲਾਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਾਂ ਨਿਤ ਤੁਹਾਡੇ ਲਈ ਇਹੋ ਜੀਆਂ ਵੀਡੀਓਸ ਲੈ ਕੇ ਆਉਂਦੇ ਰਹਿੰਨੇ ਆਂ ਸੇਲ ਪਰਚੇਜ਼ ਵਾਲੀਆਂ ਤੇ ਜੇ ਕਿਸੇ ਨੇ ਐਡ ਪਾਉਣੀ ਆ ਤਾਂ ਨੰਬਰ ਆਪਣਾ ਥੱਲੇ ਸ਼ੋਅ ਕਰਦੇ ਪਏ ਆਂ ਅਸੀਂ ਇਹਨਾਂ ਨੰਬਰਾਂ ਦੇ 5 ਤੋਂ 10 ਫੋਟੋ ਆ ਤੇ ਪੂਰੀ ਡਿਟੇਲ ਭੇਜ ਕੇ ਸਾਡੇ ਕੋਲੋਂ ਐਡ ਲਵਾ ਸਕਦੇ ਹੋ ਤੇ ਇੱਕ ਜੇ ਕਿਸੇ ਬਾਈ ਨੇ ਲੋਨ ਕਰਾਉਣਾ ਵਾ ਤਾਂ ਉਹ ਮੈਨੂੰ ਮੈਸੇਜ ਕਮੈਂਟ ਕਰ ਦਿਓ ਸਣੀ ਆਪਦਾ ਨੰਬਰ ਤੇ ਇੱਕ ਜੇ ਤੁਸੀਂ ਕੋਈ ਐਸੈਸਰੀ ਲੈਣੀ ਹੈ ਟਰੈਕਟਰ ਦੀ ਉਹ ਵੀ ਕਿਰਪਾ ਕਰਕੇ ਨੰਬਰ ਦੇ ਦਿਓ ਥੱਲੇ ਤੇ ਨਾਂ ਲਿਖ ਦਿਓ ਜੀ ਅਸੀਂ ਐਸੈਸਰੀ ਲੈਣੀ ਹੈ ਟਰੈਕਟਰ ਦੀ ਮੋਡੀਫਿਕੇਸ਼ਨ ਵਾਲੀ ਤਾਂ ਤੁਹਾਨੂੰ ਮੈਂ ਨੰਬਰ ਦੇ ਦੂੰਗਾ ਗਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਮਾਲਕਾਂ ਨਾਲ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 43600 ਟਰੈਕਟਰ ਦੀ 1986 ਮਾਰਲ ਟਰੈਕਟਰ ਜੀ ਇਹ ਬਹੁਤ ਸੋਹਣਾ ਵਧੀਆ ਸਾਫ ਸੁਥਰਾ ਸਵਾਈ ਵਾਲੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੋਇਆ ਬਾਕੀ ਤੁਸੀਂ ਆ ਇੰਜਨ ਵਗੈਰਾ ਵੇਖ ਸਕਦੇ ਹੋ 75 ਤੋਂ 80 ਪੈਸੇ ਐਮ ਆਰ ਐਫ ਦੇ ਟਾਇਰ ਨੇ ਕੋਈ ਕਮੀ ਪੇਸ਼ੀ ਨਹੀਂ ਕੋਈ ਕੰਮ ਨਹੀਂ ਭਾਲਦਾ ਟਰੈਕਟਰ ਇੰਜਨ ਗੇਅਰ ਲੈਫਟ ਮਗਰਲੇ ਇਸਾ ਟਰੈਕਟਰ ਜਿਵੇਂ ਸੀਲਡ ਸਿੱਕੇ ਬੰਦ ਪਿਆ ਬਰਨਾਲਾ ਏਰੀਆ ਵਿਖੇ ਟਰੈਕਟਰ ਖੜਾ ਹੈ ਜੀ ਤੇ ਰੇਟ ਹੈਗਾ 120000 ਤੇ ਨੰਬਰ ਹੈ ਜਿਹੜਾ ਮਾਲਕਾਂ ਦਾ ਤੁਹਾਨੂੰ ਥੱਲੇ ਸ਼ੋਅ ਕਰਦੇ ਪਏ ਆਂ ਆ ਕਾਲ ਕਰਕੇ ਮਾਲਕਾਂ ਨਾਲ ਗੱਲਬਾਤ ਕਰਕੇ ਤੁਸੀਂ ਇਹ ਟਰੈਕਟਰ 43600 ਖਰੀਦ ਸਕਦੇ ਹੋ ਜਿਨ੍ਹਾਂ ਨੇ ਵੀ ਖਰੀਦਣਾ ਹੋਵੇ ਜਾਂ ਫਿਰ ਜਿਹੜੇ ਵੀਰ ਸੱਜਣ ਮਿੱਤਰ ਆਪਣੇ ਮੋਡੀਫਿਕੇਸ਼ਨ ਕਰਨ ਦੇ ਚਾਹਵਾਨ ਹੈਗੇ ਨੇ ਤੇ ਹੁਣ ਜੀ ਆਪਣੇ ਕੋ ਅੱਗੇ ਆ ਜਾਂਦਾ ਜੀ ਪ੍ਰੀਤ ਦਾ ਜੀ ਕਟਰਾ ਜਿਹੜੀ ਮੱਕੀ ਵਾਲਾ ਕਟਰਾ ਹੁੰਦਾ ਆਪਣਾ ਜਮਾ ਨਮਾ ਜੀ 2020 ਮਾਡਲ ਹੈ ਜੀ ਮਾਲਕ ਵੀਰਾਂ ਦੇ ਦੱਸਣ ਅਨੁਸਾਰ ਤੇ ਇਹ ਕਟਰਾ ਜਿਹੜਾ ਜੀ ਮੋਗੀ ਏਰੀਏ ਵਿਖੇ ਖੜਾ ਵਾ ਬਾਕੀ ਜੀ ਹਾਲਤ ਵਗੈਰਾ ਪੂਰੀ ਵੇਖ ਸਕਦੇ ਹੋ ਤੇ ਕਟਰ ਦਾ ਜੀ ਰੇਟ ਆ ਜੋ ਹੈਗਾ 6 ਲੱਖ ਤੇ 65 ਹਜ਼ਾਰ ਟੱਕ ਮੇਰਾ ਵੀਰ ਜੀ ਰਕਮੈਂਡ ਹੈ ਜੋ ਚਨਾ ਮੈਂ ਸਰਪਖਾਈ ਜੀ ਕਰਾਇਓ ਕਿਉਂਕਿ ਮੈਨੂੰ ਤਾਂ ਖਾਦਣੀ ਨੂੰ ਪਤਾ ਇਹਦਾ ਨਾ ਮੇਰਾ ਕੀ ਰੇਟ ਆ ਕੀ ਹੈਗਾ ਵਾ ਕਿਉਂਕਿ ਆਪਾਂ ਕਿਤੇ ਜੀ ਐਡ ਪਾਈ ਨਹੀਂ ਹੈਗੀ ਮੈਂ ਨਵਾਂ ਸਰਚ ਤਾਂ ਕੀਤਾ ਜੀ ਪਰ ਮੈਨੂੰ ਪੂਰੀ ਡਿਟੇਲ ਨਿਕਲੀ ਨਹੀਂ ਇਹਦੀ ਸੋਰੇ ਬਾਅਦ ਉਹ ਮਾਲਕਾਂ ਜੀ ਗੱਲ ਕਰਿਓ ਤੇ ਨੰਬਰ ਜਿਹੜਾ ਥੱਲੇ ਸ਼ੋ ਹੋਂਦਾ ਪਿਆ ਕਾਲ ਕਰਕੇ ਜਿਨ੍ਹਾਂ ਨੇ ਖਰੀਦਣਾ ਖਰੀਦ ਸਕਦੇ ਹੋ ਆਪ ਦਾ ਵੈਸੇ ਹੂੰ ਵਧੀਆ ਹਾਲਤ ਦੇ ਵਿੱਚ ਪਿਆ ਤੇ ਹੁਣ ਅੱਗੇ ਗੱਲ ਕਰਦੇ ਆ ਸੋਨਾ ਲੀਕਾ 60 ਡੀਆਈ ਟਰੈਕਟਰ ਵਿਕਾਊ ਆ ਜੀ 2005 ਮਾਡਲ ਹੈ ਇਹ ਟਰੈਕਟਰ ਪੀਵੀ ਨੰਬਰ ਆ ਟਾਇਰਾਂ ਦੀ ਗੱਲ ਕਰੀਏ ਚਾਰੋਂ ਟਾਇਰ ਨੇ ਜਿਹੜੇ ਨਵੇਂ ਨੇ ਪਾਵਰ ਸਟੀਅਰਿੰਗ ਆ ਟਰੈਕਟਰ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਇੰਜਨ ਗੇਅਰ ਲੈਫਟ ਮਗਰਲੇ ਸਾਰੇ ਜਾਨੀ ਕਲਮ ਲਾ ਕੇ ਸਾਰਾ ਕੰਮ ਹੋਇਆ ਟਰੈਕਟਰ ਦਾ ਰੰਗ ਪੇਂਟ ਵਗੈਰਾ ਸਾਰਾ Ориਜਨਲ ਆ ਮਗਰਾੜ ਵਗੈਰਾ ਵਧੀਆ ਹਾਲਤ ਰੇ ਵਿੱਚ ਨੇ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ ਦੇ ਅੰਦਰ ਪੂਰਾ ਸਰਾਇਨਾ ਅੱਤ ਬੰਬ ਟਰੈਕਟਰ ਚੱਲਦਾ ਬਾਕੀ ਤੁਸੀਂ ਆ ਰੰਗ ਵਗੈਰਾ ਦੇਖ ਸਕਦੇ ਹੋ ਤੇ ਉਸ ਹਿਸਾਬ ਨਾਲ ਬਾਈ ਜੀ ਅਗਲੇ ਨੇ ਰੇਟ ਮੰਗਿਆ ਵਾ ਰੇਟ ਹੈਗਾ 3 ਲੱਖ ਤੇ 65000 ਆ ਦਾ ਮਾਲਕਾਂ ਨਾਲ ਗੱਲ ਕਰੋ ਜੇ ਕਿ ਤੁਹਾਨੂੰ ਜਿਆਦਾ ਲੱਗਦਾਗਾ ਉਹਦੇ ਵਿੱਚ ਮੈਂ ਕੋਹੋ ਨਹੀਂ ਕਰ ਸਕਦਾਗਾ ਨੰਬਰ ਥੱਲੇ ਸ਼ੋ ਹੁੰਦੇ ਆ ਕਾਲ ਕਰਕੇ ਤੇ ਖਰੀਦ ਸਕਦੇ ਹੋ ਕਿਉਂਕਿ ਇਹ ਟਰੈਕਟਰ ਦੇ ਚਾਰੋਂ ਟਾਇਰ ਤਾਂ ਨਵੇਂ ਹੀ ਆ ਫਿਰ ਇੰਜਨ ਤੇ ਪੰਪ ਹੋ ਗਿਆ ਨਵਾਂ ਲੈਫਟ ਦਾ ਕੰਮ ਹੋਇਆ ਸਾਰਾ A to Z ਕੋਲ ਟਰੈਕਟਰ ਨਵਾਂ ਇਹ ਕੋਈ ਕਮੀ ਪੇਸ਼ ਨਹੀਂ ਉੱਚੇ ਮਾਡਲ ਵਾਲਾ ਕੰਮ ਆ ਸਾਰਾ ਤੇ ਬਾਕੀ RX ਵਗੈਰਾ ਨਾਲੋਂ ਤਾਂ ਬਹੁਤ ਵਧੀਆ ਰਹਿੰਦੇ ਇਹ ਟਰੈਕਟਰ ਆਹ ਵੇਖ ਸਕਦੇ ਹੋ ਤੁਸੀਂ ਸਾਰਾ ਕੁਝ 올 ਓਕੇ ਆ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਰੂੰਗ ਪਿਆ ਵਾ ਲੈਸ਼ਕਾ ਮਾਰਦਾ ਰੰਗ ਆ ਤੇ ਬਾਕੀ ਹੁਣ ਅੱਗੇ ਗੱਲ ਕਰਦੇ ਆ ਸਵਰਾਜ 855 ਦੀ 2018 ਮਾਡਲ ਹੈ ਇਹ ਟਰੈਕਟਰ ਇਹ ਬਾਕੀ ਇੰਜਣ ਗੇਅਰ ਲੈਫਟ ਮਗਰਲੇ ਇਸੇ ਦਾ ਟਰੈਕਟਰ ਆਲ ਓਕੇ ਆ ਸੀਲਡ ਆ ਕੋਈ ਕਮੀ ਪੇਸ਼ੀ ਨਹੀਂ ਹੈਗੀ ਬਾਕੀ 4 ਸਟਾਰ ਦਾ ਟਰੈਕਟਰ ਚੌਲਾਂ ਦੇ ਟਾਇਰਾਂ ਵਾਲਾ ਇਹ ਬਾਕੀ ਚੌਲਾਂ ਦੇ ਟਾਇਰਾਂ ਵਾਲਾ ਉਹ ਵੀ ਵਧੀਆ ਰਹਿੰਦਾ ਵਾ ਖੇਤੀ ਬਾੜੀ ਵਾਸਤੇ ਤੇ ਆ ਤੁਸੀਂ ਮੀਟਰ ਵਗੈਰਾ ਵੇਖ ਸਕਦੇ ਹੋ ਬੋਕਾ ਟਰੈਕਟਰ ਚੱਲਿਆ ਹੋਇਆ ਹੈ ਕਲੀ ਬਾਹੀ ਬਾਹੀ ਤੇ ਚੱਲਿਆ ਕੋਈ ਹੋਰ ਕੰਮ ਨਹੀਂ ਲਿਆਗਾ 447 ਕੈਂਟ ਟਰੈਕਟਰ ਚੱਲਿਆ ਬਾਕੀ ਸ਼ੋ ਸ਼ੂ ਵੇਖ ਸਕਦੇ ਹੋ ਰੰਗ ਬੂ ਵਗੈਰਾ ਫੁੱਲ ਐ ਨਾ ਵਧੀਆ ਲਸ਼ਕਾ ਮਾਰਦਾ ਵਾ ਹੈਵੀ ਬੰਪਰ ਲੱਗਾ ਹੋਇਆ ਤੇ ਬਰਨਾਲਾ ਏਰੀਏ ਵਿੱਚ ਖੜਾ ਵਾ ਤੇ 6 ਲੱਖ ਤੇ 15000 ਰੇਟ ਆ ਉਹਨਾਂ ਦਾ ਤੇ ਬਾਕੀ ਘੱਟ ਵੱਧੋ ਗਾਂਦੇ ਸੀ ਕਰ ਲਾਂਗੇ ਮੌਕੇ ਤੇ ਨੰਬਰ ਥੱਲੇ ਸ਼ੋ ਕਰਦੇ ਪਏ ਆ ਕਾਲ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਜਿੰਨਾਂ ਨੂੰ ਵਧੀਆ ਲੱਗਦਾ ਜਿੰਨਾਂ ਰੇਟ ਫਿੱਟ ਵੰਦਾ ਵਾ ਬਾਕੀ ਜਿਨਾਂ ਨੇ ਕਮੈਂਟ ਕਰਨੇ ਕਰੀ ਜਾਇਓ ਉਸੇ ਟਾਈਮ ਹੀ ਡੀਲ ਕਰ ਲੈਣੇ ਆਪਾਂ ਬਾਕੀ ਹੁਣ ਮੈਂ ਕਮੈਂਟਾਂ ਕਮੈਂਟਾਂ ਬਾਰੇ ਕੋਈ ਬਾਲਾ ਕਿਹਾ ਨਹੀਂ ਕਰਨਾਗਾ ਜਾਓ ਦਾ ਜਿਵੇਂ ਮਰਜ਼ੀ ਕਰੋ ਜੇ ਤੁਸੀਂ ਯਾਨੀ ਕਿ ਕਮੈਂਟ ਦੇ ਵਿੱਚ ਰੇਟ ਲਾਉਣਾ ਤਾਂ ਕਿਰਪਾ ਕਰਕੇ ਨਾਲ ਨੰਬਰ ਦੇ ਦਿਓ ਆਪ ਦਾ ਫਿਰ ਉਹ ਆਂਦੀ ਸਿਵਿਸੀ ਆਪ ਹੀ ਗੱਲ ਕਰ ਲਾਂਗੇ ਵੀ ਇੱਕ ਬਾਈ ਨਾਲ ਨੰਬਰ ਦੇ ਦਿਓ ਕੋਈ ਵੀ ਰੇਟ ਲਾਉਂਗੇ ਤਾਂ ਨੰਬਰ ਦੇ ਦਿਓ ਆਪ ਦਾ ਨਾਲ ਹਰ ਇੱਕ ਵੀਰ ਵਾਸਤੇ ਇਹ ਮੈਂ ਖਾਸ ਰਿਕਵੈਸਟ ਕਰਦਾ ਬਹੁਤ ਸੋਹਣਾ ਚੰਗਾ ਟਰੈਕਟਰ ਆ ਇਹ ਤੇ ਹੁਣ ਜਿਹੜਾ ਕਿ ਅੱਗੇ ਆ ਟਰੈਕਟਰ ਉਹ ਹੈਗਾ ਆਪਣਾ HMT 3511 1991 ਮਾਡਲ ਆ ਇਹ ਤੇ 2092 ਦੀ ਕਾਪੀ ਆ ਹਰਿਆਣਾ ਨੰਬਰ ਆ ਟਰੈਕਟਰ ਬਾਕੀ ਤੁਸੀਂ ਰੰਗ ਪੇਂਟ ਵਗੈਰਾ ਦੇਖ ਸਕਦੇ ਹੋ ਬੜੀਆ ਰੰਗ ਪੇਂਟ ਦਾ ਵਾ ਟਰੈਕਟਰ ਬਾਕੀ ਇੰਜਨ ਉੰਜਨ ਜਮ੍ਹਾਂ ਸੈੱਟ ਆ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ ਲੈਫਟ ਪੰਪ ਦਾ ਯਾਨੀ ਕਿ ਨਵਾਂ ਕੰਮ ਹੋਇਆ ਵਾ ਜੇ ਕਿ ਰਿਟਾਇਰ ਨੇ 75% ਪਏ ਹੋਏ ਬਾਕੀ ਰੰਗ ਰੂng ਵਧੀਆ ਪਿਆ ਸਾਫ ਰੰਗ ਤੇ ਸ਼੍ਰੀ ਮੁਕਸੋ ਸਾਹਿਬ ਇਰੀਏ ਵਿਖੇ ਖੜਾ ਵਾ ਤੇ 90000 ਉਹਨਾਂ ਦੀ ਡਿਮਾਂਡ ਸੀਗੀ ਤੇ ਬਾਕੀਆਂ ਲਈ ਮੌਕੇ ਤੇ ਘੱਟ ਵੱਧ ਕਰ ਲਾਂਗੇ ਜਿਨ੍ਹਾਂ ਨੇ ਵੀ ਲੈਣਾ ਇਹ ਮਾਲਕਾਂ ਦਾ ਜਿਹੜਾ ਨੰਬਰ ਆ ਤੁਹਾਨੂੰ ਥੱਲੇ ਸ਼ੋਅ ਕਰਦੇ ਪਏ ਆ ਕਾਲ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਬਾਕੀ ਹੁਣ ਅੱਗੇ ਗੱਲ ਕਰਦੇ ਹਾਂ ਫਾਰਮਟ੍ਰੈਕ 65 EP8 ਟਰੈਕਟਰ ਦੀ 2011 ਮਾਡਲ ਦਾ ਟਰੈਕਟਰ ਇਹ ਤੇ ਟਰੈਕਟਰ ਦੇ ਨਾਲ ਦੇ ਟਾਇਰ ਹੈ ਜੀ 40 ਪੈਸੇ ਤੇ 3000 ਘੰਟਾ ਕੋਲ ਟਰੈਕਟਰ ਚੱਲਿਆ ਹੋਇਆ ਬਾਹੀ-ਬਾਹੀ ਤੇ ਖੇਤੀ ਵਾਸਤੇ ਯਾਨੀ ਕਿ ਯੂਜ਼ ਕੀਤਾ ਹੋਇਆ ਜੀ ਕੋਈ ਟਰਾਲਾ ਨਹੀਂ ਕੋਈ ਤੂੜੀ ਵਾਲੀ ਮਸ਼ੀਨ ਨਹੀਂ ਬਾਕੀ ਮਗਰਾੜ ਬਗੂ ਵਧੀਆ ਪਏ ਨੇ ਹੈਵੀ ਬੰਪਰ ਲਗਵਾਇਆ ਹੋਇਆ ਅੱਗੇ ਤੇ VIP ਨੰਬਰ ਹੈ ਜੀ 0092 ਇਹ ਨਕੋਦੇ ਰੀਰੀਗੇ ਵਿਖੇ ਖੜਾ ਜੀ ਬਾਕੀ ਇੰਜਨ ਗੇਅਰ ਲੈਫਟ ਮਗਰਲੇ ਸਿਆ ਟਰੈਕਟਰ ਆਲ ਓਕੇ ਆ ਸੀਲਡ ਆ ਕੋਈ ਕੰਮ ਨਹੀਂ ਭਾਲਦਾਗਾ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ ਬੜੀਆ ਸਾਫ ਸਲਾਈ ਦੇ ਵਿੱਚ ਚੱਲਦਾ ਜੀ ਬਾਕੀ ਵਾਕੇ ਚਲਾ ਕੇ ਦੇਣ ਦੀ ਫੁੱਲ ਗਾਰੰਟੀ ਆ ਆਪ ਦੇ ਯਾਨੀ ਕਿ ਤੁਸੀਂ ਫੁੱਲ ਟੈਸਟਿੰਗ ਵਗੈਰਾ ਕਰ ਸਕਦੇ ਹੋ 3 ਲੱਖ ਤੇ 95000 ਰੇਟ ਉਹਨਾਂ ਦਾ ਰੱਖਿਆ ਗਿਆ ਬਾਕੀ ਮੌਕੇ ਤੇ ਘਟਬਾਦ ਕਰ ਲੈਣਗੇ ਜਿਨ੍ਹਾਂ ਨੇ ਵੀ ਲੈਣਾ ਵਾ ਇਹ ਟਰੈਕਟਰ ਮਾਲਕਾਂ ਦੇ ਜਿਹੜੇ ਨੰਬਰ ਨੇ ਉਹ ਤੁਹਾਨੂੰ ਇਸ ਟਾਈਮ ਸਕਰੀਨ ਤੇ ਸ਼ੋਅ ਕਰਦੇ ਪਏ ਆ ਕਾਲ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਬਹੁਤ ਸੋਹਣਾ ਸਾਫ਼ ਸੁਥਰਾ ਫਾਰਮ ਟਰੈਕ 65 EP8 ਟਰੈਕਟਰ ਸੇਲ ਦੇ ਲਈ ਆਇਆ ਹੋਇਆ ਜੀ ਤੇ ਬਾਕੀ ਹੁਣ ਆਪਾਂ ਅੱਗੇ ਗੱਲ ਕਰਦੇ ਆ ਮਹਿੰਦਰਾ ਟਰੈਕਟਰ ਆ ਜੀ ਅੱਗੇ ਆਪਣੇ ਕੋਲ ਸੇਲ ਦੇ ਲਈ ਮਹਿੰਦਰਾ B 275 DI 1998 ਮਾਡਲ ਆ ਜੀ ਜਮਾ ਨਵੀਂ ਬੈਟਰੀ ਆ ਟਾਇਰ ਵਗੈਰਾ ਵਧੀਆ ਹਾਲਤ ਦੇ ਵਿੱਚ ਨੇ 60% ਟਾਇਰ ਨੇ ਬਾਕੀ ਇੰਜਣ ਦਾ ਰੰਗ ਇੰਜਣ ਗੇਅਰ ਲੈਫਟ ਮਗਰਲੇ ਹਿੱਸੇ ਆ ਟਰੈਕਟਰ ਆਲੋਕੇ ਆ ਸੀਲ ਦਾ ਕੋਈ ਕੰਮ ਨਹੀਂ ਭਾਲਦਾਗਾ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ ਦੇ ਅੰਦਰ ਰੰਗ ਪੇਂਟ ਦਾ ਪੂਰਾ ਸਾਫ ਆ ਬਾਕੀ ਏਰੀਆ ਜੀ ਇਹਨਾਂ ਦੱਸਿਆ ਤਾਂ ਹੋਇਆ ਮੇਹਸਾ ਨੇ ਤਾਂ ਥੋੜੀ ਜੀ ਖਣੀ ਤਾਂ ਗਲਤ ਵਰਡਿੰਗ ਪੈ ਗਈ ਆ ਇਹਨਾਂ ਨੇ ਲਿਖਿਆ ਹੋਇਆ ਪਿੱਖੀ ਵਿੰਡ ਤੇ ਬਾਕੀ ਮਾੜਾ ਤੁਸੀਂ ਵੇਖ ਲਓ ਮਤਲਬ ਲਾਦੇ ਪਿੱਖੀ ਪੈਂਡ ਤੋਂ ਆ ਤੇ 1,80,000 ਰੇਟ ਸੀਗਾ ਉਹਨਾਂ ਦਾ ਰੱਖਿਆ ਗਿਆ ਬਾਕੀ ਥੱਲੇ ਨੰਬਰ ਸ਼ੋ ਹੁੰਦਾ ਪਿਆ ਕਾਲ ਕਰਕੇ ਤੁਸੀਂ ਇਹ ਟਰੈਕਟਰ ਫੋਲੋ ਆਫ ਦਾ ਫਾਈਨਲ ਕਰ ਸਕਦੇ ਹੋ ਰੇਟ ਵਗੈਰਾ ਤੁਸੀਂ ਯਾਨੀ ਕਿ ਇੱਕ ਵਾਰੀ ਹੋਰ ਕਨਫਰਮ ਕਰ ਲਿਓ ਤੇ ਏਰੀਆ ਵੈਸੇ ਉਹਨਾਂ ਨੇ ਲੱਗ ਕੇ ਆਏ ਭੇਜਿਆ ਸੀਗਾ ਪਿੱਖੀ ਵਿੰਡ ਪਰ ਮੈਨੂੰ ਲੱਗਦਾ ਨਹੀਂ ਪਿੱਖੀ ਵਿੰਡ ਕੋਈ ਏਰੀਆ ਪੈਂਡ ਹੋਊਗਾ ਪਿੱਖੀ ਪੈਂਡ ਹੀ ਅਸਲ ਦੇ ਵਿੱਚ ਤਾਂ ਬਾਕੀ ਪ੍ਰੀਤ ਕੰਪੈਨ ਹੈ ਜੀ ਅੱਗੇ 2013 ਮਾਡਲ ਹੈ ਇਹ ਕੰਪੈਨ 85% ਨਾਲ ਦੇ ਟਾਇਰ ਆ ਇਹਦੇ ਤੇ ਲੋਕਲ ਚੱਲੀ ਹੋਈ ਆ ਸਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਇੱਕ ਜੋ ਕਟਰ ਦੇ ਟਾਇਰ ਨੇ ਉਹਨਾਂ ਦੇ ਵੀ ਇਹੀ ਆ ਕਿਉਂਕਿ ਲੋਕਲ ਹੀ ਚਲਾਈ ਆ ਇਹ ਕੋਈ ਬਾਹਲਾ ਯਾਨੀ ਕਿ ਯੂਜ਼ ਨਹੀਂ ਕੀਤਾ ਗਿਆ ਜਲਾਲਾਬਾਦ ਏਰੀਆ ਵਿਖੇ ਖੜੀ ਆ ਜੀ ਤੇ ਕੁੱਲ ਡਿਮਾਂਡ ਹੈਗੀ 11.5 ਲੱਖ ਮੌਕੇ ਤੇ ਘੱਟ ਵੱਧ ਕਰ ਲੈਣਗੇ ਨੰਬਰ ਆ ਜਿਹੜਾ ਥੱਲੇ ਸ਼ੋਅ ਕਰਦੇ ਪਏ ਆ ਕਾਲ ਕਰਕੇ ਤੁਸੀਂ ਇਹ ਕੰਪੈਨ ਖਰੀਦ ਸਕਦੇ ਹੋ ਇੱਕ ਜੀ ਮੈਨੂੰ ਪਤਾ ਵੀ ਇੱਕ ਬੰਦਾ ਯਾਨੀ ਕਿ ਮੁੰਡਾ ਵਾ ਹਨਾ ਉਹ ਮੇਰੇ ਨਾਲ ਪੜਦਾ ਰਿਹਾ ਤੇ ਹੁਣ ਉਹਨੂੰ ਟਰੈਕਟਰ ਦੀ ਲੋੜ ਆ ਨਿਊ ਹਾਲੈਂਡ 36 ਦੀ ਸਪੈਸ਼ਲ ਐਡੀਸ਼ਨ ਤੇ ਜੇ ਉਹ ਵੀਡੀਓ ਵੇਖ ਰਿਹਾ ਹੈ ਇਹ ਤਾਂ ਮੈਨੂੰ ਫੋਨ ਕਰ ਲਵੇ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਸੱਜਣ ਮਿੱਤਰ ਨਾਲ ਵੀਡੀਓ ਪੂਰੀ ਵੇਖੀ ਆ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ